ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ, ਰੇਡੀਓ ਸਿੰਘਨਾਦ ਜੋ ਕੌਮ ਦੀ ਆਵਾਜ਼, ਤੁਹਾਡੀ ਆਪਣੀ ਆਵਾਜ਼। ਅੱਜ ਦੇ ਵਿਸ਼ੇ ਜੋ ਕਿ ਅਸੀਂ ਦੋ ਮੇਨ ਵਿਸ਼ੇ ਜਿਹਦੇ ਵਿੱਚ ਜੋ ਔਰਤ ਦੇ ਸੰਬੰਧ ਵਿੱਚ ਇੱਕ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਿਆ ਵੀ ਔਰਤ ਨੂੰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਦੇਣਾ ਚਾਹੀਦਾ ਹੈ, ਇਹ ਮਤਾ ਸਾਂਝੇ ਤੌਰ 'ਤੇ ਪਾਸ ਕੀਤਾ ਗਿਆ। ਮੇਰੇ ਨਾਲ ਸਰਦਾਰ ਜਗਰੂਪ ਸਿੰਘ ਵੀ ਅੱਜ ਸਟੂਡੀਓ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘਨਾਦ ਜੀ ਦੀ ਮਿਸ਼ਨ ਸਟੇਟਮੈਂਟ ਤੁਸੀਂ ਜਾਣਦੇ ਜੇ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ। ਇੱਥੋਂ ਦਾ ਪ੍ਰੋਗਰਾਮ, ਹਰ ਪ੍ਰੋਗਰਾਮ ਇੱਕਾ ਬਾਣੀ ਇੱਕੋ ਰੇ, ਕੁਛ ਸ਼ਬਦ ਵਿਚਾਰ ਦੇ ਆਧਾਰ 'ਤੇ ਹੁੰਦਾ ਹੈ। ਉਹ ਸਾਡਾ ਦਾਇਰਾ ਹੈ, ਉਹਦੇ ਵਿੱਚ ਅਸੀਂ ਹਮੇਸ਼ਾ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਤਾਂ ਵੀ ਬੰਦੇ ਹਾਂ, ਭੁੱਲ ਸਕਦੇ ਹਾਂ, ਭੁੱਲਣ ਦੀ ਪ੍ਰੋਬੇਬਿਲਿਟੀ ਹੈ ਸਾਡੇ 'ਚ। ਅਸੀਂ ਇਹ ਗੱਲ ਮੰਨ ਕੇ ਨਹੀਂ ਤੁਰੇ ਵੀ ਸਾਨੂੰ ਸਾਰਾ ਕੁਛ ਪਤਾ ਹੈ। ਸ਼ਾਇਦ ਜਿਹੜਾ ਟਾਈਟਲ ਇੱਕ ਸਿੱਖ ਦਾ ਸਿੱਖ ਨਾਲ ਲੱਗਾ ਹੈ, ਉਹਦਾ ਕਾਰਨ ਇਹੋ ਹੀ ਆ ਵੀ ਉਹ ਪ੍ਰੋਬੇਬਿਲਿਟੀ ਲੈ ਕੇ ਚੱਲੇ ਵੀ ਮੈਂ ਗਲਤੀ ਕਰ ਸਕਦਾ। ਹਾਂਜੀ, ਸਿੱਖ ਹਾਂ, ਗੁਰੂ ਨਹੀਂ। ਇਸੇ ਕਰਕੇ ਗੁਰੂ ਨੂੰ ਅਸੀਂ ਅਭੁੱਲ ਕਹਿੰਦੇ। ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਅਭੁੱਲ, ਗੁਰੂ ਕਰਤਾਰ, ਗੁਰੂ ਕਰਤਾਰ, ਗੁਰੂ ਅਤੇ ਕਰਤਾਰ। ਉਹ ਕਰਤਾਰ ਜਿਹਨੇ ਇਹ ਕਿਰਤ ਕੀਤੀ ਹੈ ਸਾਰੀ, ਜਿਹਨੇ ਰਚਨਾ ਕੀਤੀ ਹੈ, ਜਿਹਦੀ ਇਹ ਕੁਦਰਤ ਹੈ। ਅਤੇ ਗੁਰੂ ਜਿਹੜਾ ਉਸ ਕਰਤਾਰ ਦਾ, ਉਸ ਕਰਤੇ ਦਾ ਹਿੱਸਾ ਬਣ ਜਾਂਦਾ ਹੈ, ਭਾਵ ਇੱਕ ਸੂਖਮ ਰੂਪ 'ਚ ਹੈ, ਇੱਕ ਸਥੂਲ ਰੂਪ ਦੇ ਵਿੱਚ ਉਹਦਾ ਮਾਡਲ ਬਣ ਕੇ ਵਿਚਰਦਾ ਹੈ। ਸੋ ਇਸ ਕਰਕੇ ਸਿੱਖ ਹਾਂ, ਗੁਰੂ ਨਹੀਂ, ਭੁੱਲ ਸਕਦੇ ਹਾਂ, ਕੋਸ਼ਿਸ਼ ਜਾਰੀ ਹੈ। ਸਭ ਤੋਂ ਪਹਿਲਾਂ ਵਿਸ਼ੇ ਵੱਲ ਆਪਾਂ ਆਈਏ, ਜਿਹੜਾ ਕਿ ਸਿੱਖ ਬੀਬੀਆਂ ਦੇ ਸੰਬੰਧ ਵਿੱਚ ਮਤਾ ਪਾਸ ਕੀਤਾ ਗਿਆ। ਹਾਂਜੀ ਹਾਂਜੀ, ਇਹ ਆਪਣਾ ਜਿਹੜੀ ਪੰਜਾਬ ਦੀ ਹਕੂਮਤ ਹੈ, ਪੰਜਾਬ ਦੀ ਜਿਹੜੀ ਇਹਨਾਂ ਦੀ ਅਸੈਂਬਲੀ, ਉਹਦੇ ਵਿੱਚ ਮਤਾ ਪਾਸ ਹੋਇਆ ਹੈ ਆਪਣਾ ਕੈਪਟਨ ਵੱਲੋਂ ਅਤੇ ਬਾਕੀ ਸਾਰਿਆਂ ਨੇ ਪ੍ਰੋੜਤਾ ਕੀਤੀ, ਉਹਦੀ ਪ੍ਰੋੜਤਾ ਕੀਤੀ। ਪਰ ਕੀ, ਮੇਰਾ ਸਵਾਲ ਇਹ ਹੈ ਵੀ ਕੀ ਇਹ ਗੱਲ ਠੀਕ ਹੈ? ਕਾਰਨ ਹੈ ਉਹਦਾ, ਵੇਖੋ ਤੁਸੀਂ ਇਹਨੂੰ ਗੱਲ ਨੂੰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰੋ ਵੀ ਪੰਜਾਬ ਦੇ ਵਿੱਚ ਮਤਾ ਪਾਸ ਕੀਤਾ ਜਾਂਦਾ ਗਵਰਨਮੈਂਟ ਵੱਲੋਂ ਵੀ ਬੀਬੀਆਂ ਨੂੰ ਇੱਥੇ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਵੇ, ਬੀਬੀਆਂ ਇੱਥੇ ਕੀਰਤਨ ਕਰ ਸਕਦੀਆਂ ਨੇ। ਪਰ ਇਹ ਗੱਲ ਚਾਰਕ ਜਥੇ ਥਾਪੇ ਜਾਂਦੇ ਨੇ, ਜੇ ਮੰਜੀਆਂ ਥਾਪੀਆਂ ਜਾਂਦੀਆਂ ਨੇ ਉਹਦੇ ਵਿੱਚ ਬੀਬੀਆਂ ਸ਼ਮੂਲੀਅਤ ਕਰਦੀਆਂ ਨੇ, ਕਥਾ ਵੀ ਕਰਦੀਆਂ ਨੇ, ਕੀਰਤਨ ਵੀ ਕਰਦੀਆਂ ਨੇ। ਜੇ ਲੰਗਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬੀਬੀਆਂ ਸੇਵਾ ਕਰਦੀਆਂ ਨੇ। ਜੇ ਕਿਸੇ ਨੂੰ ਜ਼ਿੰਮੇਵਾਰੀ ਨਾਲ ਤੋਰਨ ਦਾ ਕੰਮ ਆ ਤਾਂ ਬੀਬੀ ਨਾ ਬੇਬੇ ਨਾਨਕੀ ਵਰਗੀ ਰਬਾਬ ਦੇ ਕੇ ਆਪਣੇ ਵੀਰ ਨੂੰ, ਨਾਨਕ ਸਾਹਿਬ ਨੂੰ ਆਪ ਤੋਰਦੀ ਹੈ। ਸੋ ਬੀਬੀਆਂ ਦੀ ਸ਼ਮੂਲੀਅਤ, ਬੀਬੀਆਂ ਦਾ ਰੋਲ ਤਾਂ ਆਲਰੇਡੀ ਨਾਨਕ ਸਾਹਿਬ ਨੇ ਸਿੱਧ ਕਰ ਦਿੱਤਾ, ਜੋ ਪਿੱਛੇ ਸ਼ਬਦ ਚੱਲ ਰਿਹਾ ਸੀ। ਹਾਂਜੀ, ਪੰਡ ਜੰਮੀਏ ਪੰਡ ਨਿਮੀਏ, ਪੰਡ ਮੰਗਣ ਵਿਆਹ, ਭੰਡੋ ਹੋਵੇਂ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਪਾਲੀਏ, ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ। ਕੀ ਜਿਹੜਾ ਮਤਾ ਪਾਸ ਹੋਇਆ ਇਸ ਤੋਂ ਵੱਡੀ ਗੱਲ ਹੈ? ਮੇਰੀ ਗੱਲ ਨੂੰ ਧਿਆਨ ਨਾਲ ਸਮਝੋ, ਸਰਕਾਰ ਜੋ ਕੰਮ ਕਰ ਰਹੀ ਹੈ ਮਤ ਸੋਚਿਓ ਵੀ ਉਹ ਕੰਮ ਤੁਹਾਡੇ ਹੱਕ ਦਾ ਹੋ ਰਿਹਾ। ਇਹ ਆਉਣ ਵਾਲੇ ਸਮੇਂ ਦਾ ਇਤਿਹਾਸ ਬਣੇਗਾ,
ਔਰਤ ਨੂੰ ਹੱਕ ਪੰਜਾਬ ਦੀ ਸਰਕਾਰ ਨੇ ਦਵਾਏ ਨੇ। ਹਾਂਜੀ, ਔਰਤ ਨੂੰ ਹੱਕ ਕੌਣ ਦਵਾ ਰਿਹਾ? ਪੰਜਾਬ ਦੀ ਸਰਕਾਰ, ਕਿਉਂਕਿ ਗ੍ਰੰਥ ਤੇ ਰਿਪਲੇਸ ਹੋ ਰਿਹਾ ਹੈ, ਗ੍ਰੰਥ ਨੂੰ ਤਾਂ ਰਿਪਲੇਸ ਕਰ ਰਹੇ ਨੇ, ਭਾਵੇਂ ਉਹ ਖੌਤੀ ਦਸਮ ਗ੍ਰੰਥ ਨਾਲ ਹੋ ਜਾਏ ਅਤੇ ਭਾਵੇਂ ਹੋਰ ਜਿਹੜੇ ਨਵੇਂ ਆਈਡੀਏਜ਼ ਇਹਨਾਂ ਦੇ ਕੋਲ, ਨਵੇਂ ਦੇਹਧਾਰੀ ਗੁਰੂ, ਦੇਹਧਾਰੀ ਸੰਤ, ਜਾਂ ਜਿਹੜਾ ਇੱਕ ਸਰਕਾਰ ਨੇ ਅਪਗ੍ਰੇਡੀ ਸੈਕਸ਼ਨ, ਜਿਨ੍ਹਾਂ ਨੂੰ ਅਪਗ੍ਰੇਡ ਤਾਂ ਨਹੀਂ ਕਹਿਣਾ ਚਾਹੀਦਾ, ਇਹ ਸੈਕਸ਼ਨ ਉਭਾਰ ਦਿੱਤਾ। ਸੋ ਗ੍ਰੰਥ ਦੀ ਵਿਚਾਰਧਾਰਾ ਨੂੰ ਰਿਪਲੇਸ ਕਰਨ ਵਾਸਤੇ ਅਤੇ ਉਹ ਕੰਮ ਕਰ ਹੀ ਰਹੇ ਨੇ। ਹੁਣ ਜਿਹੜਾ ਫਲਸਫਾ ਹੈ ਉਹ ਵੀ ਸਰਕਾਰੀ ਤੌਰ 'ਤੇ ਲਾਗੂ ਹੋਏਗਾ। ਤੁਹਾਡੇ ਕਈ ਵਿਦਵਾਨ, ਕਈ ਭੂਲੇ ਭਾਲੇ ਲੋਕ ਐਂ ਸਮਝ ਰਹੇ ਨੇ ਵੀ ਪੰਜਾਬ, ਵਾਹ ਜੀ ਵਾਹ, ਕਿਆ ਬਾਤ ਹੈ, ਪੰਜਾਬ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ। ਕਿਉਂ? ਮਸਲਾ ਇਹ ਸੋਚ, ਇਹ ਸਾਡਾ ਸੰਘਰਸ਼ ਦਾ ਹਿੱਸਾ ਹੋ ਸਕਦਾ ਤਾਂ ਅਸੀਂ ਕਰ ਰਹੇ ਹਾਂ ਵੀ ਔਰਤ ਨੂੰ ਜਿਹੜਾ ਵਾ ਉੱਥੇ ਦਰਬਾਰ ਦੇ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਚਾਹੀਦੀ, ਸਾਨੂੰ ਹੱਕ ਆ ਔਰਤ ਦਾ। ਇਹਨੂੰ ਅਸੀਂ ਆਪਣੀਆਂ ਪੰਥਕ ਰਵਾਇਤਾਂ ਅਨੁਸਾਰ ਸੰਘਰਸ਼ ਰਾਹੀਂ ਤਾਂ ਅਚੀਵ ਕਰਨਾ ਸੀ, ਪਰ ਸਰਕਾਰੀ ਤੌਰ 'ਤੇ ਨਹੀਂ। ਸਰਕਾਰ ਦਾ ਕੋਈ ਹੱਕ ਨਹੀਂ ਵੀ ਜਿਹੜਾ ਮਤਾ ਨਾਨਕ ਸਾਹਿਬ ਪਾਸ ਕਰ ਗਏ ਨੇ ਉਸ ਮਤੇ ਨੂੰ ਆਪਣੀ ਵਿਧਾਨ ਸਭਾ 'ਚ ਜਾਂ ਆਪਣੀ ਅਸੈਂਬਲੀ ਦੇ ਵਿੱਚ ਜਾ ਕੇ ਪਾਸ ਕਰਕੇ ਉੱਤੇ ਮੋਹਰ ਲਾ ਕੇ ਤੁਹਾਨੂੰ ਦੱਸਣ ਵੀ ਲਓ ਅਸੀਂ ਮਤਾ ਪਾਸ ਕਰ ਦਿੱਤਾ ਜੀ। ਇਹਦੇ ਵਿੱਚ ਨਾ ਇੱਕ ਬਹੁਤ ਹੀ ਖਤਰਨਾਕ ਚੀਜ਼ ਇਹ ਹੋ ਸਕਦੀ ਹੈ, ਜਿਹਨਾਂ ਨੂੰ ਪਤਾ ਨਹੀਂ ਸਿੱਖ ਮਤ ਬਾਰੇ ਪੇਪਰਾਂ 'ਚ ਮੈਂ ਖਬਰ ਪੜ੍ਹੀ ਕਿਸੇ ਨੇ ਕਹੂੰਗਾ ਮੈਂ ਨਾ, ਮੇਰੇ ਕੋਲ ਪੇਪਰ ਖੁੱਲ੍ਹੇ ਪਏ ਨੇ, ਮੈਂ ਸੋਰੀ ਤੁਹਾਨੂੰ ਇੰਟਰਪਟ ਕਰ ਰਿਹਾ, ਟਾਈਮਸ ਆਫ ਇੰਡੀਆ, ਹਿੰਦੂ ਨਿਊਜ਼ ਪੇਪਰ ਜਿਹੜੇ ਨੇ ਇੰਗਲਿਸ਼ ਦੇ ਔਨਲਾਈਨ, ਅੱਜ ਜਿੰਨੇ ਬੜੇ ਬੜੇ ਮੇਜਰ ਪੇਪਰ ਨੇ, ਹਾਂਜੀ, ਉਹਦੇ ਵਿੱਚ ਇਹ ਗੱਲ ਪੰਜਾਬ ਅਸੈਂਬਲੀ ਦੇ ਸੰਬੰਧ ਵਿੱਚ ਵਾਰ ਵਾਰ ਗੱਲ ਕਹੀ ਗਈ ਹੈ ਵੀ ਪੰਜਾਬ ਅਸੈਂਬਲੀ ਨੇ ਮਤਾ ਜਿਹੜਾ ਵਾ ਪਾਸ ਕਰ ਦਿੱਤਾ ਔਰਤ ਨੂੰ ਕੀਰਤਨ ਦਾ ਹੱਕ ਦਵਾਉਣ ਵਾਸਤੇ। ਉਹੀ ਮੈਂ ਕਹਿ ਰਿਹਾ, ਜਿਹਨਾਂ ਨੂੰ ਪਤਾ ਨਹੀਂ ਨਾ ਸਿੱਖਿਜ਼ਮ ਬਾਰੇ, ਉਹ ਕਹਿਣਗੇ ਅੱਛਾ ਕਿ ਸਿੱਖੋਂ ਕੋ ਔਰਤ ਕੋ ਇਜਾਜ਼ਤ ਨਹੀਂ ਸੀ। ਹੁਣ ਇੱਥੇ ਇੱਕ ਚੀਜ਼ ਹੈ ਕਿ ਇਹਨਾਂ ਅੱਗੇ ਬੇਨਤੀ ਵੀ ਹੈ, ਤਾੜਨਾ ਵੀ ਹੈ, ਜਿੰਨੇ ਆਪਣੇ ਪ੍ਰਚਾਰਕ ਹੈਗੇ ਵੀ ਠੀਕ ਹੈ ਸ਼ਲਾਘਾ ਕਰੋ। ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਵੀ ਜਿਹੜਾ ਨਾਨਕ ਨੇ, ਗੁਰੂ ਨਾਨਕ ਨੇ ਦਿੱਤਾ ਸੀਗਾ ਅਥੋਰਿਟੀ ਹੱਕ ਔਰਤਾਂ ਨੂੰ, ਉਹਨੂੰ ਇਹ ਬਹਾਲ ਕਰ ਰਹੇ ਹਾਂ ਜਿਹੜਾ ਕਿ ਨਹੀਂ ਕੀਤਾ ਗਿਆ ਸੀ, ਅਸੀਂ ਉਹਨੂੰ ਉਹਦੀ ਪ੍ਰੋੜਤਾ ਕਰਦੇ ਹਾਂ। ਹੁਣ ਇਹ ਨਹੀਂ ਕਿ ਹਾਂ ਵੀ ਬੱਲੇ ਬੱਲੇ ਬਹੁਤ ਚੰਗਾ ਕੰਮ ਕਰਤਾ ਇਹਨਾਂ ਨੇ, ਇਹਦਾ ਮਤਲਬ ਗੁਰੂ ਨਾਨਕ ਗੁਰੂਆਂ ਨੇ ਨਹੀਂ ਕੀਤਾ ਇਹ। ਬੇਸਿਕਲੀ ਸਰਕਾਰ ਕੌਣ ਹੁੰਦੀ ਹੈ? ਉਹੀ ਜਦੋਂ ਤੁਹਾਡਾ ਆਪਣੀ ਸਰਕਾਰ ਤੁਹਾਡੀ, ਇਹ ਕਮਜ਼ੋਰੀ ਸਾਡੀ ਹੈ ਵੀ ਅਸੀਂ ਸੰਘਰਸ਼ ਨਹੀਂ ਵਿੱਢਿਆ, ਅਸੀਂ ਸੰਘਰਸ਼ ਨਹੀਂ ਕਰ ਪਾਏ, ਅਸੀਂ ਨਹੀਂ ਕੰਮ ਕਰ ਰਹੇ। ਪਰ ਮੈਂ ਇਹਨੂੰ ਆਪਣੀ ਕਮਜ਼ੋਰੀ ਨਹੀਂ ਮੰਨਦਾ, ਇੰਡੀਵਿਜੁਅਲ ਤੌਰ 'ਤੇ ਅਸੀਂ ਜਿਸ ਗ੍ਰੰਥ ਦੇ ਸੰਬੰਧ ਵਿੱਚ ਜੰਗ ਲੜ ਰਹੇ ਹਾਂ ਉਹ ਔਰਤ ਦੀ ਸਭ ਤੋਂ ਵੱਡਾ ਔਰਤ 'ਤੇ ਕਲੰਕ ਹੈ, ਜਿਹਨੂੰ ਔਰਤ ਦੇ ਵਿੱਚ ਚਰਿੱਤਰ ਕਰਨ ਵਾਲੀ ਜਿਹਨੂੰ ਇੱਕ ਸ਼ੈ ਦਿਖਾ ਦਿੱਤਾ, ਇੱਕ ਵਸਤੂ ਦਿਖਾ ਦਿੱਤਾ। ਅਸੀਂ ਤਾਂ ਆਲਰੇਡੀ ਲੜ ਰਹੇ ਹਾਂ। ਮੈਂ ਈਵਨ ਜਿਹੜਾ ਵੁਮੈਨ ਐਮਪਾਵਰਮੈਂਟ ਸੈਮੀਨਾਰ ਆ ਮੇਰਾ ਅੱਜ ਤੋਂ ਸਾਲ ਪਹਿਲਾਂ ਦਾ, ਹਾਂਜੀ ਹਾਂਜੀ, ਜਾਂ ਉਸ ਤੋਂ ਪਹਿਲਾਂ ਦੇ ਸਾਡੇ ਸ਼ੋਅ ਜਿਹੜੇ ਨੇ ਸਿੰਘਨਾਦ ਰੇਡੀਓ ਜਦੋਂ ਹੋਂਦ 'ਚ ਆਏ ਉਦੋਂ ਦੇ ਆਪਣੇ ਜਿਹੜੇ ਸ਼ੋਅ ਨੇ, ਆਪਾਂ ਤਾਂ ਗੱਲ ਕਰ ਰਹੇ ਹਾਂ ਆਲਰੇਡੀ, ਅਤੇ ਅਸੀਂ ਨਹੀਂ ਕਰ ਰਹੇ, ਕਈ ਹੋਰ ਵੀ ਸੱਜਣ ਸਾਡੇ ਜਿਹੜੇ ਜਾਗਰੂਕ ਕਰ ਰਹੇ ਨੇ। ਪਰ ਮਸਲਾ ਇਹ ਹੈਗਾ ਵੀ ਸਰਕਾਰ ਕੌਣ ਹੈ ਜਿਹੜੀ ਸਾਡੇ ਸਿਧਾਂਤਾਂ ਬਾਰੇ ਫੈਸਲਾ ਲੈ ਕੇ ਮਤਾ ਪਾਸ ਕਰਦੀ ਹੈ? ਇਹ ਬੇਸ਼ੱਕ ਭਾਵੇਂ ਮਤਾ ਜਿਹੜਾ ਅਸੈਂਬਲੀ ਪਾਸ ਕਰਦੀ ਹੈ ਇਹ ਨਾਨਕ ਦੀ ਬਾਣੀ ਨੂੰ ਮੁੱਖ ਰੱਖ ਕੇ ਆ, ਪਰ ਇਹਦੇ ਪਿੱਛੇ ਭਾਵਨਾ ਕੀ ਹੈ? ਇਹਦੇ ਪਿੱਛੇ ਭਾਵਨਾ ਤੁਹਾਡੇ ਆਉਣ ਵਾਲੇ ਸਮੇਂ ਦਾ,
ਇਤਿਹਾਸਕ ਬੈਕਗਰਾਉਂਡ ਸਿਰਜੀ ਜਾ ਰਹੀ ਹੈ। ਬਿਲਕੁਲ, ਤੁਸੀਂ ਰੋਜ਼ ਬਾਰ ਚੀਕਾਂ ਮਾਰ ਮਾਰ ਕੇ ਕਹਿੰਦੇ ਜਿਵੇਂ ਨਾਨਕ ਸਾਹਿਬ ਨੇ ਔਰਤ ਦਾ ਦਰਜਾ ਉੱਚਾ ਚੱਕਿਆ, ਨਹੀਂ, ਨਾਨਕ ਸਾਹਿਬ ਦੇ ਘਰ ਵਿੱਚ, ਨਾਨਕ ਦੇ ਦਰਬਾਰ ਵਿੱਚ ਤੁਹਾਡੀ ਔਰਤ ਦਾ ਦਰਜਾ ਉੱਚਾ ਚੱਕਣ ਵਾਲੀ ਪੰਜਾਬ ਸਰਕਾਰ ਹੈ, ਜਿਹਦੇ ਵਿੱਚ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਬੋਲੀ ਕੀ ਦੀ ਬੋਲਦਾ ਤੁਹਾਨੂੰ ਸਾਰਿਆਂ ਨੂੰ ਪਤਾ, ਪੀ ਆਰ ਐੱਸ ਐੱਸ ਦੀ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਬੋਲੀ ਬੋਲਦਾ। ਜਿਸ ਆਰ ਐੱਸ ਐੱਸ ਦੀ ਇਹ ਬੋਲੀ ਬੋਲਦਾ, ਜੋ ਇਹ ਕਾਰਜ ਹੋਇਆ ਕਿਹਦੇ ਇਸ਼ਾਰੇ 'ਤੇ ਹੋਇਆ, ਇਹਨੂੰ ਥੋੜ੍ਹਾ ਸੋਚ ਕੇ ਚੱਲੋ। ਜਿੱਥੋਂ ਤੱਕ ਔਰਤ ਦੇ ਸੰਬੰਧ ਵਿੱਚ, ਔਰਤ ਦੇ ਦਰਬਾਰ ਦੇ ਵਿੱਚ ਕੀਰਤਨ ਕਰਨ ਦਾ ਮਸਲਾ ਹੈ, ਇਹ ਸਾਨੂੰ ਕਿਸੇ ਦਾ ਹੱਕ ਨਹੀਂ ਚਾਹੀਦਾ। ਔਰਤ ਪਹਿਲਾਂ ਹੀ ਇਹ ਹੱਕ ਰਿਜ਼ਰਵ ਕਰਕੇ ਬੈਠੀ ਹੈ, ਕੇਵਲ ਜੇ ਉੱਠਣਾ ਹੈ, ਜੇ ਜੰਗ ਲੜਨੀ ਹੈ, ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ, ਜੇ ਜੰਗ ਲੜਨੀ ਹੈ ਬੰਦਿਆਂ ਨੂੰ ਅੱਗੇ ਨਾ ਲਾਓ। ਔਰਤ ਕੋਲ ਇੰਨੀ ਸ਼ਕਤੀ ਹੈ ਵੀ ਉਹ ਆਪਣਾ ਹੱਕ ਲੈ ਸਕਦੀ ਹੈ, ਹਾਂਜੀ, ਜੇ ਨਾ ਕੋਈ ਦੇਵੇ ਤਾਂ ਖੋ ਸਕਦੀ ਹੈ। ਇਹ ਜੰਗ ਔਰਤ ਨੇ ਲੜਨੀ ਸੀ, ਸਿੱਖ ਇੱਕ ਸਿੱਖ ਬੀਬੀ ਨੇ ਲੜਨੀ ਸੀ, ਤਾਂ ਕਿ ਦੁਨੀਆਂ 'ਚ ਪਤਾ ਚੱਲਦਾ ਵੀ ਆਹ ਬੀਬੀਆਂ ਨੇ। ਅੱਛਾ, ਸਿੱਖ ਬੀਬੀਆਂ ਵੋਟ ਦਾ ਅਧਿਕਾਰ ਤਾਂ ਲੈ ਸਕਦੀਆਂ ਨੇ ਇੰਗਲੈਂਡ ਵਰਗੇ, ਯੂਰਪ ਵਰਗੇ ਦੇਸ਼ਾਂ ਦੇ ਵਿੱਚ, ਹਾਂਜੀ, ਵਿਰੋਧ ਕਰਕੇ ਵੋਟ ਦਾ ਅਧਿਕਾਰ ਲੈ ਸਕਦੀਆਂ ਨੇ। ਵਰਲਡ ਵਾਰ ਵਨ, ਵਰਲਡ ਵਾਰ ਟੂ ਦੇ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਜਿਹੜੀਆਂ ਇੱਥੋਂ ਦੀਆਂ ਬੀਬੀਆਂ ਨੇ, ਉਹਨਾਂ ਨੇ ਜੰਗ ਦੇ ਵਿੱਚ ਹਿੱਸਾ ਪਾਇਆ। ਉਸ ਤੋਂ ਬਾਅਦ ਦੱਸਿਆ ਵੀ ਔਰਤ ਕਿਸੇ ਬੰਦੇ ਨਾਲੋਂ ਘੱਟ ਨਹੀਂ, ਵੋਟ ਦਾ ਅਧਿਕਾਰ ਲਿਆ ਉਹਨਾਂ ਨੇ। ਵੋਟ ਦਾ ਅਧਿਕਾਰ ਤਾਂ ਸੰਘਰਸ਼ ਕਰਕੇ ਲੈ ਸਕਦੀਆਂ ਨੇ, ਕੀਰਤਨ ਦਾ ਕਿਉਂ ਨਹੀਂ? ਕਿਸੇ ਬੰਦੇ ਨੂੰ, ਜਿਹੜਾ ਇੱਕ ਬੰਦਾ ਪ੍ਰਧਾਨ ਸਿੱਖ ਧਰਮ ਨੂੰ ਅਸੀਂ ਬਣਾ ਦਿੱਤਾ, ਕਿਸੇ ਬੰਦੇ ਨੂੰ ਨਾਲ ਲੈ ਕੇ ਜਾਣ ਦੀ ਲੋੜ ਨਹੀਂ। ਤੁਸੀਂ ਖੁਦ ਹੀ ਹੱਕ ਲੈ ਸਕਦੀਆਂ ਜੀ ਸਰਕਾਰੀ ਹੱਕਾਂ ਦੇ ਉੱਤੇ। ਜੇ ਔਰਤ ਦਰਬਾਰ ਦੇ ਅੰਦਰ ਕੀਰਤਨ ਕਰੇਗੀ, ਔਰਤ ਨਹੀਂ ਜਿੱਤੀ, ਸਰਕਾਰ ਜਿੱਤੀ ਹੈ। ਇਸ ਕਰਕੇ ਇਸ ਫੈਸਲੇ 'ਤੇ ਏਡਾ ਖੁਸ਼ ਨਾ ਹੋ, ਇਸ ਫੈਸਲੇ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰੋ। ਨਵੇਂ ਇਤਿਹਾਸ ਸਿਰਜਣ ਵਾਸਤੇ, ਨਵੀਆਂ ਰੈਫਰੈਂਸਸ ਬਣਾਉਣ ਵਾਸਤੇ ਜਿਹੜੀਆਂ ਵਿਪਰੀ ਸਰਕਾਰਾਂ ਨੇ, ਉਹ ਹਮੇਸ਼ਾ ਤਤਪਰ ਰਹਿੰਦੀਆਂ ਨੇ। ਇਹ ਵਿਪਰੀ ਸਰਕਾਰ ਦੀ ਇੱਕ ਬਹੁਤ ਵੱਡੀ ਚਾਲ ਹੈ ਵੀ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਅਤੇ ਔਰਤ ਨੂੰ ਹੱਕ ਦਵਾ ਰਹੀ ਹੈ। ਜਿਹੜਾ ਮਤਾ ਨਾਨਕ ਸਾਹਿਬ ਨੇ 550 ਸਾਲ ਪਹਿਲਾਂ, ਤੁਸੀਂ ਨਾਨਕ ਸਾਹਿਬ ਦਾ 550 ਸਾਲਾਂ ਮਨਾ ਰਹੇ ਜੇ, ਕਿ ਤੁਹਾਨੂੰ ਨਾਨਕ ਸਾਹਿਬ ਦੇ ਉਸ ਮਤੇ ਬਾਰੇ ਨਹੀਂ ਪਤਾ? ਕਿਸ ਔਰਤ ਦੀ ਗੱਲ ਕਰਦੇ ਜੇ, ਜਿਸ ਔਰਤ ਦੇ ਸੰਬੰਧ ਵਿੱਚ ਹਾਹ ਦਾ ਨਾਰਾ ਮਾਰਿਆ, ਜਿਹਨੂੰ ਕੰਟੀਨਿਊਟੀ ਨਾਨਕ ਦੀ ਦੂਜੀ ਜੋਤ, ਫਿਰ ਤੀਜੀ ਜੋਤ, ਔਰਤ ਦੇ ਸੰਬੰਧ 'ਚ ਜਿਹੜਾ ਜ਼ੁਲਮ ਹੁੰਦਾ ਸੀ, ਉਸ ਜ਼ੁਲਮ ਨੂੰ ਮੰਗਾ ਰਿਹਾ ਵੀ ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਨੀਆਂ ਹੈ ਜੇ ਬਿਰਹੇ ਚੋਟ ਮਰਨ। ਵੀ ਆਹ ਨਹੀਂ ਸਤੀ ਜਿਹੜੀ ਮੜੀ 'ਚ ਲੱਗ ਕੇ ਜਲ ਜਾਵੇ, ਇੱਕ ਸਤੀ ਉਹ ਆ ਜਿਹੜੀ ਬਿਰਹੋਂ ਦੀ ਚੋਟ 'ਚ ਮਰ ਜਾਂਦੀ ਹੈ, ਉਹ ਅਸਲ ਸਤੀ ਹੈ। ਧਿਆਨ ਮਾਰੋ ਕਿਤੇ ਵੀ ਕਿੱਡੇ ਕਿੱਡੇ ਵੱਡੇ ਹੱਕਾਂ ਦੀ ਰਾਖੀ ਗੁਰੂ ਲਹਿਰ ਨੇ ਕੀਤੀ। ਅਸੀਂ ਉਸ ਟਰੈਡੀਸ਼ਨ ਨੂੰ ਆਧਾਰ ਬਣਾ ਕੇ, ਔਰਤ ਨੇ ਆਪ ਖੁਦ ਸੰਘਰਸ਼ ਕਰਕੇ ਆਪਣਾ ਸਥਾਨ ਹਾਸਲ ਨਹੀਂ ਕੀਤਾ, ਪੁਜਾਰੀਆਂ ਦੇ ਨੂੰ ਲਲਕਾਰਿਆ ਨਹੀਂ, ਅਤੇ ਉਹ ਸਰਕਾਰੀ ਮਤੇ ਹੱਥ 'ਚ ਚੁੱਕੀ ਫਿਰਦੇ ਨੇ। ਗੁਰੂ ਕਾਲ 'ਚ ਹੀ ਗੁਰੂ ਸਾਹਿਬ ਨੇ ਮੰਜੀਆਂ 50 ਕੇ 52 ਬੀਬੀਆਂ ਨੂੰ ਦਿੱਤੀਆਂ, 22 ਮੰਜੀਆਂ ਗੁਰੂ
ਅਮਰਦਾਸ ਪਾਤਸ਼ਾਹ ਨੇ 22 ਮੰਜੀਆਂ ਦਾ ਮਤਲਬ ਇਹ ਸੀ ਪ੍ਰਚਾਰਕ, ਮੰਜੀ ਥਾਪਣਾ ਹੁੰਦਾ ਵਾ ਜਿਹੜਾ ਵਾ ਇੱਕ ਪ੍ਰਚਾਰਕ ਰਿਸਪੋਂਸੀਬਿਲਟੀ ਦੇਣੀ, ਇੱਕ ਮਸੰਦ ਪ੍ਰਥਾ ਸੀ ਇਹ। ਮਸੰਦ ਦਾ ਮਤਲਬ ਹੁਣ ਨੈਗੇਟਿਵ ਹੋ ਗਿਆ, ਪਹਿਲਾਂ ਨੈਗੇਟਿਵ ਨਹੀਂ ਸੀ, ਮਤਲਬ ਪ੍ਰੀਸਟਹੁੱਡ ਹੋ ਗਿਆ। ਮਤਲਬ ਉਹ ਸੀ ਵੀ ਜਿਹਦੇ ਵਿੱਚ ਤੁਸੀਂ ਐਡਮਿਨਿਸਟ੍ਰੇਸ਼ਨ ਵੀ ਕਰਨੀ ਹੈ, ਲੁੱਕ ਆਫਟਰ ਵੀ ਕਰਨੀ ਹੈ ਜਗ੍ਹਾ ਦੀ, ਜਿਹੜਾ ਜਿਸ ਜਗ੍ਹਾ 'ਤੇ ਬਹਿ ਕੇ ਤੁਸੀਂ ਪ੍ਰਚਾਰ ਕਰਨਾ ਹੈ ਉਹਦਾ ਜਿੰਨਾ ਫਾਈਨੈਂਸ਼ੀਅਲ ਜਿੰਨਾ ਉੱਥੋਂ ਦਾ ਢਾਂਚਾ ਹੈ ਉਹ ਤੁਹਾਡੇ ਅੰਡਰ ਹੈ, ਪਲੱਸ ਪ੍ਰਚਾਰ। ਇਹ ਸੀ ਅਸਲ 'ਚ ਉਸ ਟਾਈਮ ਦੀ ਪ੍ਰਥਾ, ਮਤਲਬ ਪ੍ਰੀਸਟਹੁੱਡ ਕਹਿ ਸਕਦੇ ਇਹਨੂੰ। ਹਾਂ, ਪ੍ਰੀਸਟਹੁੱਡ 1990 'ਚ ਮੇਖਾ ਰੋਮਨ ਕੈਥਲਿਕ 'ਚ ਕੈਥਲਿਕ ਨੇ ਬਿਸ਼ਪ ਨੇ ਅਲਾਓ ਕੀਤਾ, ਪਹਿਲਾਂ ਅਲਾਓ ਨਹੀਂ ਸੀ ਕੋਈ ਕ੍ਰਿਸਚਨ ਵੂਮੈਨ ਪ੍ਰੀਸਟ ਬਣ ਸਕਦੀ ਹੈ। ਲੈ ਲਓ, ਆਹ ਦੇ 1990 'ਚ ਹੋਇਆ, ਆਹ ਹੁੰਦੀਆਂ ਗੱਲਾਂ ਨੇ। ਹਾਂ, ਸੋ ਬੇਸਿਕਲੀ ਗੱਲ ਕੀ ਹੈ ਵੀ ਜਿਹੜੀ ਸਾਡਾ ਆਪਣਾ ਟਰੈਡੀਸ਼ਨ, ਤੁਸੀਂ ਅੱਗੇ ਅੱਗੇ ਦੂਰ ਕੀ ਜਾਣਾ ਵਾ ਬ੍ਰਿਟਿਸ਼ ਆਰਮੀ 'ਚ। ਹਾਂਜੀ, ਮੈਂ ਬ੍ਰਿਟਿਸ਼ ਆਰਮੀ ਦੁਨੀਆ ਦੀ ਵਨ ਆਫ ਦੀ ਬੈਸਟ ਆਰਮੀ ਉਹਦੀ ਗੱਲ ਕਰ ਰਿਹਾ ਵੀ ਕਿੰਨੇ ਕੁ ਬ੍ਰਿਟਿਸ਼ ਆਰਮੀ ਦੀ ਪਾਪੂਲੇਸ਼ਨ ਸੀ ਜਿਹੜੀ ਭਾਰਤ ਗਈ ਅਤੇ ਜਿਨ੍ਹਾਂ ਨੇ ਸਾਰਾ ਦੇਸ਼ ਕਬਜ਼ੇ 'ਚ ਕਰ ਲਿਆ। ਬ੍ਰਿਟਿਸ਼ ਆਰਮੀ 'ਚ ਅੱਜ ਤੱਕ ਇਨਫੈਂਟਰੀ ਦੇ ਵਿੱਚ ਔਰਤ ਨਹੀਂ ਜਾ ਸਕਦੀ। ਹੁਣ ਰੌਲਾ ਪਿਆ ਇਨਫੈਂਟਰੀ ਵਾਸਤੇ, ਹੁਣ ਰਾਹ ਖੁੱਲ੍ਹ ਰਿਹਾ ਇਨਫੈਂਟਰੀ ਦਾ, ਬ੍ਰਿਟਿਸ਼ ਆਰਮੀ 'ਚ ਇਨਫੈਂਟਰੀ ਦਾ ਹੁਣ ਰਾਹ ਖੁੱਲ੍ਹਾ ਵਾ ਜਾਂ ਖੁੱਲ੍ਹ ਰਿਹਾ ਹੈ, ਕਿਉਂਕਿ ਰੌਲਾ ਪਿਆ ਸੀ ਪਿੱਛੇ ਜੇ। ਪਰ ਤੁਸੀਂ ਵੇਖੋ ਵੀ ਤੁਹਾਡੀ ਇਨਫੈਂਟਰੀ 'ਚ ਲੜਨ ਵਾਲੀਆਂ ਬੀਬੀਆਂ, ਹਾਂਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਟਾਈਮ 'ਤੇ ਮਾਈ ਭਾਗ ਕੌਰ ਦਾ ਜਿਹਦਾ ਤੁਸੀਂ ਜ਼ਿਕਰ ਕਰਦੇ ਜੇ, ਤੁਹਾਡੀ ਫੋਰ ਫਰੰਟ 'ਤੇ ਲੜਨ ਵਾਲੀਆਂ ਬੀਬੀਆਂ ਜਿਨ੍ਹਾਂ ਨੇ, ਜਿਹੜੀ ਤੇਗ ਧੋਈ ਬੀਬੀ ਹਰਸ਼ਰਨ ਕੌਰ ਦੀ ਗੱਲ ਕਰ, ਤੇਗ ਧੂ ਕੇ ਦਿਖਾਇਆ ਮੈਦਾਨੇ ਜੰਗ 'ਚ ਲੜ ਕੇ, ਤੁਹਾਡੀ ਤਾਂ ਇਨਫੈਂਟਰੀ 'ਚ 550 ਸਾਲ ਪਹਿਲਾਂ ਬੀਬੀਆਂ, ਆਪਣਾ 450 ਸਾਲ ਪਹਿਲਾਂ ਬੀਬੀਆਂ ਫਿਰਨ ਡਈਆਂ ਨੇ, ਅਤੇ ਤੁਸੀਂ ਕੀਰਤਨ ਵਾਸਤੇ ਸਰਕਾਰੀ ਮਤੇ ਹੱਥ 'ਚ ਚੁੱਕੀ ਫਿਰੋਗੀਆਂ। ਮੇਰੀ ਨਿਰਾਸ਼ਾ ਅਤੇ ਮੇਰਾ ਜਿਹੜਾ ਇਹ ਮਿਹਣਾ ਹੈ ਉਹਨਾਂ ਬੀਬੀਆਂ ਵਾਸਤੇ ਜਿਹੜੀਆਂ ਇਹ ਮਤੇ ਨੂੰ ਵੇਖ ਕੇ ਖੁਸ਼ ਹੋ ਰਹੀਆਂ ਵੀ ਪੰਜਾਬ ਸਰਕਾਰ ਨੇ ਮਤਾ ਪਾਸ ਕਰ ਦਿੱਤਾ। ਮੇਰੀ ਉਹ ਭੈਣੋ, ਬੀਬੀਓ, ਇਹ ਮਤੇ ਅਸੈਂਬਲੀ ਦੇ ਲੈ ਕੇ ਜਾਣਾ ਅਤੇ ਫਿਰ ਹੱਕ ਮੰਗਣਾ, ਇਹ ਸਾਡਾ ਟਰੈਡੀਸ਼ਨ ਥੋੜ੍ਹਾ ਸੀ। ਸਾਡਾ ਟਰੈਡੀਸ਼ਨ ਨਾਨਕ ਵਾਲਾ ਸੀ। ਯਾਦ ਕਰੋ ਗੁਰੂ ਦਾ ਟਰੈਡੀਸ਼ਨ, ਜਦੋਂ ਗੁਰੂ ਆਪਣੇ ਆਪ ਨੂੰ ਇੱਕ ਇਸਤਰੀ ਘੋਸ਼ਿਤ ਕਰਦਾ, ਗੁਰੂ ਕਹਿੰਦਾ ਮੈਂ ਕਾਮਨ ਮੇਰਾ ਕੰਤ ਕਰਤਾਰ ਜਿਹਾ ਕਰਾਏ ਹੋ ਤੇਹਾ ਕਰੀ ਸ਼ਿੰਗਾਰ। ਗੁਰੂ ਨੂੰ ਪੁੱਛਦੇ ਨੇ ਤੂੰ ਕੌਣ ਹੈ, ਗੁਰੂ ਕਹਿੰਦਾ ਮੈਂ ਕਾਮਨ, ਮੈਂ ਔਰਤ ਹਾਂ, ਮੈਂ ਇਸਤਰੀ ਹਾਂ। ਹੁਣ ਇਸਤਰੀ ਕਿਉਂ ਆ, ਇਸਤਰੀ ਕਿਉਂ ਆ, ਇਹਦੇ ਸੰਬੰਧ ਵਿੱਚ ਬੜੀ ਵੱਡਾ ਇਹਦੇ ਪਿੱਛੇ ਸਾਈਕੋਲੋਜੀਕਲ ਬਹੁਤ ਵੱਡਾ ਇਹਦੇ ਪਿੱਛੇ ਭੇਦ ਹੈ ਵੀ ਬੰਦਾ ਹਮੇਸ਼ਾ ਤਾਰਕਿਕ ਹੁੰਦਾ ਹੈ। ਬੰਦੇ ਦੇ ਅੰਦਰ ਤਾਰਕਿਕ ਪਹੁੰਚ ਜਿਹੜੀ ਹੈ, ਜੋ ਲੋਜੀਕਲ ਅਪਰੋਚ ਹੈ, ਉਹ ਬਹੁਤ ਕੁੱਟ ਕੁੱਟ ਕੇ ਭਰੀ ਹੁੰਦੀ ਹੈ। ਹਾਂਜੀ, ਹੁਣ ਜਿੰਨੇ ਤਰਕ ਦੀ ਤਾਂ ਗੱਲ ਕਰਨੀ ਹੈ, ਪਰ ਗੱਲ ਕਰਨੀ ਹੈ ਤਰਕ ਦੀ ਡੈਲੀਕੇਸੀ ਨਾਲ। ਜਿੰਨੇ ਇਹ ਨਹੀਂ ਕਹਿਣਾ ਵੀ ਚੋਕੇ ਲੈ ਜਾਓ ਆ ਜਨੇਊ ਜਿਹਾ ਧਾਗਾ, ਮੈਂ ਨਹੀਂ ਪਣਾ, ਦੌੜ ਜਾਓ ਇੱਥੋਂ, ਕੌਣ ਆ ਗਿਆ ਮੇਰੇ ਲਾਗੇ, ਸਾਰਾ ਸਮਾਜ ਤੁਸੀਂ ਇਕੱਠਾ ਕਰ ਲਿਆ, ਲਓ ਮੈਂ ਘਰ ਛੱਡ ਕੇ ਚੱਲਿਆ ਜੇ ਦੁਬਾਰਾ ਵਾਪਸ ਨਹੀਂ ਆਉਂਦਾ, ਇੱਦਾਂ ਤਾਂ ਨਹੀਂ ਕਿਹਾ ਨਾਨਕ ਸਾਹਿਬ ਨੇ। ਬੇਸ਼ੱਕ ਗੱਲ ਘਟਨਾ 9 ਸਾਲ ਦੀ ਹੈ, ਜਦੋਂ ਬਾਣੀਆਂ ਚਾਰਦੇ ਨੇ 35 ਸਾਲ ਦੇ ਵਿੱਚ, ਉਦੋਂ ਦੱਸਦੇ ਨੇ ਵੀ ਜਨੇਊ ਨਾ ਪਾਉਣ ਦੇ ਕਾਰਨ ਕੀ ਨੇ, ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ। ਇਹ ਅਪਰੋਚ ਜਿਹੜੀ ਹੈ ਕਾਵਕ, ਇਮੋਸ਼ਨਲ ਅਪਰੋਚ, ਸੈਂਟੀਮੈਂਟਲ ਅਪਰੋਚ,
ਜਿਹੜੀ ਨੈਚੁਰਲ ਅਪਰੋਚ, ਹੂਕ ਦੀ ਅਪਰੋਚ, ਇਹ ਬੰਦੇ ਅੰਦਰ ਨਹੀਂ ਹੁੰਦੀ। ਇਹ ਔਰਤ ਦਾ ਗੁਣ ਹੁੰਦਾ, ਇੱਕ ਔਰਤ ਅਟੈਚਮੈਂਟ ਨਾਲ ਜੁੜੀ, ਅਟੈਚਮੈਂਟ ਦਾ ਇੱਕ ਸਾਧਨ ਹੈ। ਤਾਂ ਹੀ ਜੀਵ ਇਸਤਰੀ ਗੁਰੂ ਸਾਹਿਬ ਕਹਿ ਰਹੇ, ਤਾਂ ਹੀ ਉਹ ਜੀਵ ਇਸਤਰੀ ਆਪਣੇ ਆਪ ਨੂੰ ਘੋਸ਼ਿਤ ਕਰ ਰਿਹਾ, ਗੁਰੂ ਸਾਰਿਆਂ ਨੂੰ, ਗੁਰੂ ਗ੍ਰੰਥ ਸਾਹਿਬ ਚ ਕਿ ਅਸੀਂ ਜੀਵ ਇਸਤਰੀ, ਇੱਥੋਂ ਅੱਗੇ ਇਸ ਜਗ ਮੈਂ ਪੁਰਖ ਏਕ, ਬਾਕੀ ਸਭ ਹੋਰ ਸਗਲੀ ਨਾਰ ਸਭਾਈ। ਹਾਂਜੀ, ਵੀ ਪੁਰਖ ਉਹ ਹੈ ਜਿਹਨੂੰ ਕਰਤਾ ਪੁਰਖ ਕਹਿੰਦੇ ਆ, ਜਿਹੜਾ ਜਿਹੜਾ ਜਿਹੜੀ ਹਸਤੀ ਕਰਨ ਵਾਲੀ ਹੈ ਸਾਰਿਆਂ ਦੀ, ਉਹ ਪੁਰਖ ਹੈ। ਅਤੇ ਜੇ ਉਸ ਪੁਰਖ ਨੂੰ ਪਾਉਣਾ ਤਾਂ ਨਾਰ ਬਣ ਜਾਓ। ਏਡੀ ਵੱਡੀ ਕ੍ਰਾਂਤੀ ਗੁਰੂ ਦੀ, ਏਡਾ ਵੱਡਾ ਰੈਵੂਲੇਸ਼ਨ, ਤੁਸੀਂ ਉਸ ਰੈਵੂਲੇਸ਼ਨ ਦੇ ਉਸ ਟਰੈਡੀਸ਼ਨ ਨੂੰ ਫੋਲੋ ਨਹੀਂ ਕੀਤਾ, ਤੁਸੀਂ ਕੈਪਟਨ ਸਾਹਿਬ ਦੇ ਪੰਜਾਬ ਦੇ ਅਸੈਂਬਲੀ ਦੇ ਮਤੇ, ਜਿਹੜਾ ਤੁਹਾਨੂੰ ਪਤਾ ਹੈ ਵੀ ਕਿਹਦੇ ਇਸ਼ਾਰਿਆਂ 'ਤੇ ਮਤੇ ਪਾਸ ਹੁੰਦੇ ਨੇ, ਕਿੱਥੋਂ ਆਉਂਦੇ ਨੇ, ਉਹਨਾਂ ਨੂੰ ਲੈ ਕੇ ਹੱਥ 'ਚ ਖੁਸ਼ੀ ਮਨਾ ਰਹੇ ਜੀ। ਇਹ ਸਾਨੂੰ ਸਮਝਣਾ ਪਏਗਾ, ਸਾਨੂੰ ਇਹਦੇ ਬਾਰੇ ਡੀਪਲੀ ਸੋਚਣਾ ਪਏਗਾ ਵੀ ਇਹ ਮਤੇ ਸਾਡੇ ਹੱਕ ਦੇ ਮਤੇ ਨਹੀਂ, ਬਾਹਰੋਂ ਲੱਗਦੇ ਨੇ। ਵੀ ਨਾਨਕ ਸਾਹਿਬ ਦਾ ਵੇਖੋ ਜੀ ਜਿਹੜਾ ਗੱਲ ਸੀ ਉਹ ਪੰਜਾਬ ਸਰਕਾਰ ਨੇ ਮੋੜ ਲਾ ਦਿੱਤੀ, ਸਾਡਾ ਉਹ ਦਰਬਾਰ ਹੈ। ਅੱਛਾ, ਇੱਕ ਦਰਬਾਰ ਨੂੰ ਦੂਜਾ ਦਰਬਾਰ ਦੱਸੇਗਾ। ਵਾਹ, ਦਰਬਾਰ ਪੋਲੀਟੀਕਲ ਸ਼ਬਦ ਹੈ ਜਿਹਨੂੰ ਹਰਿਮੰਦਰ ਕਹੀ ਜਾਂਦੇ, ਜਿਹਨੂੰ ਹਰਿਮੰਦਰ ਕਹਿੰਦੇ ਜੇ ਤੁਸੀਂ, ਜਿਹੜਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਚੋਂ ਨਿਕਲਿਆ, ਦਰਬਾਰ ਪੋਲੀਟੀਕਲ ਸ਼ਬਦ ਹੈ। ਇੱਕ ਦਰਬਾਰ ਨੂੰ ਦੂਜਾ ਦਰਬਾਰ ਅਸੈਂਬਲੀ 'ਚ ਮਤਾ ਪਾਸ ਕਰਕੇ ਦੱਸ ਰਿਹਾ ਵੀ ਤੂੰ ਇੱਦਾਂ ਨਹੀਂ ਇੱਦਾਂ ਕਰਨਾ, ਅਤੇ ਉਹ ਦਰਬਾਰ ਆਪਣੀਆਂ ਰਵਾਇਤਾਂ ਭੁੱਲ ਕੇ ਬੈਠਾ। ਯਾਦ, ਦਰਬਾਰ ਆਪਣੇ ਆਪ ਦੇ ਵਿੱਚ ਉੱਚਾ ਹੈ। ਮੈਂ ਗੱਲ ਕਰ ਰਿਹਾ ਜਿਹੜਾ ਦਰਬਾਰ ਨੂੰ ਮੈਨੇਜ ਕਰਨ ਵਾਲਾ ਪੁਜਾਰੀ ਲਾਣਾ ਹੈ, ਉਹ ਆਪਣੀ ਟਰੈਡੀਸ਼ਨ ਨੂੰ ਭੁੱਲ ਕੇ ਬੈਠਾ ਹੈ। ਅਸੀਂ ਆਪਣੇ ਦਰਬਾਰ ਦੀ, ਜਿਹੜਾ ਸਾਡਾ ਆਪਣਾ ਦਰਬਾਰ ਹੈ, ਉਹਦੀ ਰਵਾਇਤ ਨੂੰ ਬਹਾਲ ਕਰਾਉਣ ਵਾਸਤੇ, ਉਸ ਟਰੈਡੀਸ਼ਨ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਪੁਜਾਰੀ ਦੇ ਵਿਰੁੱਧ ਸੰਘਰਸ਼ ਲੜਨਾ ਸੀ, ਅਤੇ ਅਸੀਂ ਦੂਜੇ ਦਰਬਾਰਾਂ ਦੇ ਹੁਕਮ ਚੱਕੀ ਫਿਰਦੇ ਨੇ ਇੱਕ ਦਰਬਾਰ ਨੂੰ ਚੈਲੇਂਜ ਕਰਨ ਵਾਸਤੇ। ਸੱਜਣੋ, ਹੋਸ਼ ਕਰੋ, ਹੋਸ਼ ਕਰੋ, ਹੋਸ਼ ਕਰੋ। ਆਹ ਜਿਹੜੇ ਮੀਡੀਆ ਹੁੱਬ ਹੁੱਬ ਕੇ ਦੱਸ ਰਹੇ ਨਾ ਪੰਜਾਬ ਅਸੈਂਬਲੀ ਨੇ ਮਤਾ ਪਾਸ ਕੀਤਾ, ਇਹ ਤੁਹਾਡੀ ਸ਼ੋਭਾ ਨਹੀਂ ਜੀ ਹੋ ਰਹੀ, ਇਹ ਤੁਹਾਡੀ ਇੱਕ ਤੁਹਾਡੇ ਵਿਗਾੜਪਣ ਦਾ ਇੱਕ ਨਮੂਨਾ ਦੁਨੀਆ ਦੇ ਸਾਹਮਣੇ ਜਾ ਰਿਹਾ ਵੀ ਜਿਹੜਾ ਕੰਮ 550 ਸਾਲ ਉਹ ਗੁਰੂ ਦੇ ਸਿੱਖ, ਗੁਰੂ ਨੂੰ ਸਿੱਖ ਖਵਾਉਣ ਵਾਲੀਆਂ ਬੀਬੀਆਂ ਨਹੀਂ ਕਰ ਪਈਆਂ, ਉਹਨਾਂ ਨੂੰ ਸਰਕਾਰ ਦੇ ਕਰਕੇ ਦੇ ਰਹੀ ਹੈ। ਨਹੀਂ ਜੀ, ਇਤਿਹਾਸ ਨੂੰ ਚੱਕ ਕੇ ਦੇਖ ਲਓ, ਚਾਹੇ ਪਿੱਛੇ ਆਪਣੇ ਲੈ ਲਓ, ਇੰਡੀਆ ਲੈ ਲਓ, ਹੋਰ ਦੁਨੀਆ ਦਾ ਹਜ਼ਾਰਾਂ ਸਾਲ ਪਿੱਛੇ ਚੱਲਿਆ, ਇਹਨਾਂ ਨੇ ਲਤਾੜਿਆ ਹੋਇਆ ਸੀਗਾ ਔਰਤ ਜਾਤ ਨੂੰ। ਹਾਂਜੀ, ਮਰਦ ਪ੍ਰਧਾਨ ਸੀ। ਹਾਂਜੀ, ਈਵਨ ਬਾਕੀ ਤਾਂ ਪਤਾ ਹੀ ਆ, ਮਨੁ ਸਮ੍ਰਿਤੀ ਹੈ, ਜੋ ਵੀ ਗੁਰੂ ਸਾਹਿਬ ਨੇ ਇਸ ਕਰਕੇ ਅਪਲਿਫਟ ਕੀਤਾ ਨਾਰੀ ਜਾਤ ਨੂੰ। ਜੇ ਆਪਾਂ ਚਾਈਨਾ ਦੇ ਐਗਜ਼ਾਮਪਲ ਲਈਏ, ਹਾਂਜੀ, ਜ਼ਿਆਦਾ ਨਹੀਂ ਪ੍ਰਭਦੀਪ ਸਿੰਘ ਜੀ, 150 ਸਾਲ ਪਿੱਛੇ ਚਲੇ ਜਾਓ, ਚਾਈਨਾ 'ਚ ਜੇ ਕੋਈ ਘਰਵਾਲਾ ਆਪਣੀ ਵਾਈਫ ਨੂੰ, ਘਰਵਾਲੇ ਨੂੰ ਮਾਰ ਦਿੰਦਾ ਸੀ ਨਾ, ਉਹਦੇ ਉੱਪਰ ਕਤਲ ਦਾ ਕੇਸ ਦਾਇਰ ਨਹੀਂ ਹੁੰਦਾ ਸੀ। ਕਿਉਂ? ਕਹਿੰਦੇ ਇਹਦੀ ਪ੍ਰੋਪਰਟੀ ਹੈ, ਇਟ ਇਜ਼ ਹਿਸ ਪਰਸਨਲ ਪ੍ਰੋਪਰਟੀ, ਵੀ ਆਪਣੀ ਪ੍ਰੋਪਰਟੀ ਜੋ ਮਰਜ਼ੀ ਕਰੇ। ਹਾਂਜੀ, ਸਿਰਫ ਉਹ ਇੱਕ ਕੋਈ ਜਿਹੜੀ ਜ਼ਾਉ ਡਾਇਨੈਸਟੀ ਹੋਈ ਹੈ, ਉਸ ਟਾਈਮ ਵੀ ਕੋਈ ਹੱਕ ਨਹੀਂ ਦਿੱਤੇ ਜਾਂਦੇ ਸੀ ਜਨਾਨੀਆਂ ਨੂੰ, ਉਹਨਾਂ ਨੂੰ ਕਹਿੰਦੇ ਸੀ ਜਿਵੇਂ ਮਰਦ ਨੂੰ ਕਹਿੰਦੇ, ਜਿਵੇਂ ਇੰਗਲਿਸ਼ ਕਹਿੰਦੇ ਉਹ ਪਲਾਊ ਖੇਤ ਹਲਵਾਂ ਦਾ, ਔਰਤ ਵੀਵਰ ਕੀ ਬੁਣਨੇ ਵਾਲੀ, ਬੁਣੂ ਕਿੱਥੇ ਘਰ 'ਚ, ਬਾਹਰ ਤੈਨੂੰ ਕੋਈ ਹੱਕ ਨਹੀਂ। ਸਿਰਫ ਇੱਕ ਟੈਂਗ ਡਾਇਨੈਸਟੀ ਵਿੱਚ ਇਹਨਾਂ ਨੂੰ ਚਾਈਨਾ 'ਚ ਥੋੜ੍ਹੀ ਫਰੀਡਮ ਸੀਗੀ, ਟੈਂਗ ਡਾਇਨੈਸਟੀ
ਕਾਫੀ ਚਿਰ ਹੋਈ ਆ, ਉਸ ਤੋਂ ਬਾਅਦ ਜਿਹੜਾ ਕੁਝ ਚੱਲਿਆ ਚਾਈਨਾ 'ਚ ਡੇਢ ਸੌ ਸਾਲ ਪਿੱਛੇ ਜਿਹੜਾ ਮੈਂ ਇਗਜ਼ਾਮਪਲ ਦਿੱਤਾ, ਆਹ ਹਾਲ ਸੀ। ਆਹ ਪੂਰਾ ਦੇਖ ਕੇ ਗੁਰੂ ਸਾਹਿਬ ਨੇ ਕਿਹਾ ਨਹੀਂ ਇਹਨੂੰ ਅਸੀਂ ਅਪਲਿਫਟ ਕਰਨਾ, ਫਿਰ ਦੂਈ ਜਿਹੜੀ ਹੈ ਨਾ ਕਿ ਜੀਵ। ਤੁਸੀਂ ਹੋਰ ਵੇਖੋ, ਹਾਂਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ, ਤੁਸੀਂ ਬਾਅਦ 'ਚ ਕੈਰੀ ਔਨ ਕਰ ਲਿਓ, ਨੁਕਤਾ ਬੜਾ ਕੀਮਤੀ। ਹੋਰ ਵੇਖੋ ਤੁਸੀਂ ਜਿਹੜਾ ਬਾੜੇ ਬਾਹਰਾ, ਇੱਕੋ ਸੱਚਾ ਸੋਏ ਨਾਨਕ ਹਾਂਜੀ ਭੰਡੇ ਬਾਹਰਾ, ਇੱਕੋ ਸੱਚਾ। ਇਹਦੇ ਅਰਥ ਜੋ ਮੈਨੂੰ ਮਹਿਸੂਸ ਹੋ ਰਹੇ ਨੇ ਵੀ ਜੇ ਭੰਡੇ ਤੋਂ ਬਾਹਰ ਕੁਛ ਹੈ, ਅਕਾਲੀ ਦਰਜਾਬੰਦੀ ਹੈ, ਅਕਾਲੀ ਦਰਜਾਬੰਦੀ ਇਹ ਸਟੇਟਸ ਆ ਔਰਤ ਦਾ, ਜੇ ਭੰਡੇ ਤੋਂ ਬਾਹਰ ਕੁਛ ਹੈ, ਜੇ ਔਰਤ ਤੋਂ ਬਾਹਰ ਕੁਛ ਆ, ਉਹ ਕੇਵਲ ਅਕਾਲ ਪੁਰਖ ਹੈ, ਉਸ ਤੋਂ ਬਾਅਦ ਔਰਤ ਹੈ। ਤੁਸੀਂ ਦੱਸੋ ਇਸ ਤੋਂ ਵੱਧ ਹੋਰ ਕਿੱਥੇ ਜਾਣਾ ਚਾਹੁੰਦੇ ਜੀ ਤੁਸੀਂ? ਉਹ ਔਰਤ ਜਿਹਨੂੰ ਮਨੁਸਮ੍ਰਿਤੀ ਕਹਿੰਦੀ ਪੈਰ ਦੀ ਜੁੱਤੀ ਹੈ, ਉਹ ਔਰਤ ਜਿਹਨੂੰ ਨਰਕਾਂ ਦਾ ਦੁਆਰ ਕਿਹਾ ਗਿਆ ਸੀ, ਉਹ ਔਰਤ ਜਿਹੜੀ ਮਾਰੂ ਜ਼ਹਿਰ ਸੀ, ਅਤੇ ਨਾਨਕ ਸਾਹਿਬ ਐਲਾਨ ਕਰਦੇ ਨੇ ਵੀ ਜੇ ਔਰਤ ਤੋਂ ਬਾਹਰ ਕੁਛ ਹੈ ਤਾਂ ਉਹ ਕੇਵਲ ਕ੍ਰੀਏਟਰ ਹੈ, ਕੇਵਲ ਅਕਾਲ ਪੁਰਖ ਹੈ, ਨਹੀਂ ਤਾਂ ਔਰਤ ਤੋਂ ਉਸ ਤੋਂ ਬਾਅਦ ਜਿਹੜੀ ਸਿੱਖਦਾਰੀ ਹੈ ਹਾਂਜੀ ਉਹ ਔਰਤ ਦੀ ਹੈ। ਕਿਆ ਬਾਤ ਆ, ਅੱਜ ਚਾਈਨਾ ਇਗਜ਼ਾਮਪਲ ਦਿੱਤਾ, ਉਹ ਇੱਥੇ ਤੱਕ ਸੀ ਕਹਿੰਦੇ ਇਹਦੇ ਵਿੱਚ ਆਤਮਾ ਹੀ ਨਹੀਂ ਹੈਗੀ, ਕੁਡ ਯੂ ਬਿਲੀਵ? ਹਾਂ ਗੁਰੂ ਨਾਨਕ ਗਏ, ਟਰੈਵਲ ਕੀਤਾ ਕਿੱਥੇ ਕਿੱਥੇ, ਕਿਉਂ ਗਏ ਹੋ? ਇਹ ਨਹੀਂ ਕਰਨਾ ਇਹਨੂੰ ਅਪਲਿਫਟ ਕਰਨ ਨੂੰ, ਮਤਲਬ ਇਹਨਾਂ ਦੀ ਲੜਾਈ ਗੁਰੂਆਂ ਨਾਲ ਨਹੀਂ ਸੀ, ਜੇ ਆਪਾਂ ਸੋਚੀਏ ਇੰਡੀਵਿਜੁਅਲ ਨਾਲ ਸ਼ੁਰੂ ਤੋਂ ਨਹੀਂ, ਉਹਨਾਂ ਦੀ ਜਿਹੜੀ ਫਿਲੋਸਫੀ ਸੀ ਨਾ ਉਹਦੇ ਨਾਲ ਜਿਹੜੀ ਅੱਜ ਵੀ ਇਹਨਾਂ ਨੂੰ ਸੱਟ ਮਾਰ ਰਹੀ। ਸੋ ਵੋਮੈਨ ਐਮਪਾਵਰਮੈਂਟ ਦੇ ਸੰਬੰਧ ਵਿੱਚ ਮੇਰਾ ਤਕਰੀਬਨ ਇੱਕ ਘੰਟਾ ਪੰਦਰਾਂ ਵੀਹ ਮਿੰਟ ਦਾ ਸੈਮੀਨਰ ਜੋ ਅਮੈਰੀਕਾ ਮੈਡੈਸਟੋ ਗੁਰਦੁਆਰੇ ਦੇ ਵਿੱਚ ਹੋਇਆ ਸੀ, ਉਹ ਯੂਟਿਊਬ 'ਤੇ ਪਿਆ ਹੈ, ਉਹ ਜਿਹਨੇ ਸੁਣਨਾ ਸੁਣ ਸਕਦਾ ਹੈ, ਕਿਉਂਕਿ ਅੱਜ ਸਾਡਾ ਵਿਸ਼ਾ ਵੋਮੈਨ ਐਮਪਾਵਰਮੈਂਟ 'ਤੇ ਨਹੀਂ ਸੀ, ਕੇਵਲ ਇਹ ਸੀ ਵੀ ਜਿਹੜਾ ਪੰਜਾਬ ਅਸੈਂਬਲੀ ਨੇ ਮਤਾ ਪਾਸ ਕੀਤਾ ਹੈ ਉਹਦੇ ਸੰਬੰਧ 'ਚ ਸਾਡੀ ਕੀ ਰਾਏ ਹੈ, ਉਹ ਤੁਹਾਨੂੰ ਅਸੀਂ ਸ਼ੋਰਟਲੀ ਅਤੇ ਬੜੇ ਕੰਸਾਈਜ਼ਲੀ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੱਤਾ ਵੀ ਜਰਾਸਰ ਸਾਜਿਸ਼ ਜੇ ਅਸੀਂ ਆਪਣੇ ਹੱਕ, ਆਪਣੇ ਜਿਹੜੇ ਸਾਡੀਆਂ ਰਵਾਇਤਾਂ ਨੇ, ਨਾਨਕ ਸਾਹਿਬ ਨੇ ਜਿਹੜੀ ਸਾਨੂੰ ਯੁਗਤਾਂ ਦਿੱਤੀਆਂ ਨੇ ਉਹ ਅਸੀਂ ਲੈਣੇ ਆ, ਆਪ ਲੈਣੇ ਆ, ਅਸੀਂ ਹੱਕ ਲੈਣ ਚੱਲੇ ਹਾਂ ਦਰਬਾਰ ਦੇ ਵਿੱਚ ਅਤੇ ਦੂਜੇ ਦਰਬਾਰ ਦੀ ਟੇਕ ਲੱਭਦੇ ਫਿਰਦੇ ਹਾਂ। ਤੁਹਾਡਾ ਆਪਣਾ ਦਰਬਾਰ ਹੈ, ਉਸ ਦਰਬਾਰ 'ਚ ਆਪਣਾ ਹੱਕ ਲਵੋ, ਉਸ ਦਰਬਾਰ ਦੇ ਵਿੱਚ ਹੱਕ ਲੈਣ ਵਾਸਤੇ ਬੀਬੀਆਂ ਪੈਣਾ, ਦਸ ਮਿੰਟ ਪੁਜਾਰੀ ਤੁਹਾਡੇ ਗਾੜੀ ਨਹੀਂ ਖੜ੍ਹ ਸਕਦੇ, ਬੰਦੇ ਇਹਨਾਂ 'ਤੇ ਲੜ ਸਕਦੇ ਨੇ, ਜਾਣਾ ਬੀਬੀਆਂ ਭੈਣਾਂ ਇਕੱਠੀਆਂ ਹੋ ਕੇ ਜਿੰਨੀਆਂ ਕੀਰਤਨ ਕਰਨ ਵਾਲੀਆਂ ਜਾਂ ਕੀਰਤਨ ਨੂੰ ਪਿਆਰ ਕਰਨ ਵਾਲੀਆਂ ਨੇ ਕਿਉਂ ਨਹੀਂ ਜਾਂਦੀਆਂ, ਜਾ ਕੇ ਬਹਿ ਜਾਣ ਉੱਥੇ, ਕੀ ਇਹ ਤੁਹਾਨੂੰ ਨਹੀਂ ਅੰਦਰ ਵੜਨ ਦੇਣਗੇ? ਇਹ ਅੱਜ ਵਿਕਦਾ ਕੀ ਹੈ, ਮੀਡੀਆ ਹੈ, ਅੱਜ ਦੋ ਚੀਜ਼ਾਂ ਨੇ, ਜਾਂ ਤਾਂ ਤੁਹਾਡੀ ਵਾਇਰਲ ਹੋਈ ਗੱਲ ਵਿਕਦੀ ਹੈ, ਉਹ ਤੁਹਾਨੂੰ ਕਰਨੀ ਆਉਣੀ ਚਾਹੀਦੀ ਹੈ, ਭਾਵੇਂ ਉਹ ਸੱਚ ਹੈ ਭਾਵੇਂ ਝੂਠ ਹੈ, ਵਿਕ ਜਾਂਦੀ ਉਹ ਦੁਨੀਆਂ ਦੇ ਕੋਨੇ ਕੋਨੇ 'ਚ ਚਲੀ ਜਾਂਦੀ ਗੱਲ ਉਹ। ਅਤੇ ਦੂਸਰਾ ਤੁਹਾਡਾ ਅਕੀਦਾ ਜਿਹੜਾ ਹੈ ਨਾ, ਜੋ ਤੁਹਾਡਾ ਵਿਸ਼ਵਾਸ ਹੈ ਨਾਨਕ ਸਾਹਿਬ 'ਤੇ, ਉਹ ਉਸ ਟੇਕ ਨੂੰ ਲੈ ਕੇ ਜਾਓ, ਤੁਹਾਡੇ ਹੱਕ ਤੁਹਾਨੂੰ ਮਿਲਣਗੇ, ਕਿਸੇ ਬੰਦੇ ਦੀ ਟੇਕ ਨਾ ਭਾਲਿਓ, ਨਹੀਂ ਤਾਂ ਬੰਦਾ ਪ੍ਰਧਾਨ ਹੋ ਜਾਏਗਾ ਜੇ। ਤੁਹਾਡਾ ਹੱਕ ਹੈ, ਆਪਣਾ ਹੱਕ ਹੈ, ਲੜੋ ਇਹਦੇ ਹੱਕ ਵਾਸਤੇ, ਕਿਉਂ ਭਾਲਦੇ ਜੇ ਬੰਦੇ ਦੀ ਟੇਕ, ਕਿਉਂ ਸਰਕਾਰਾਂ ਦੀ ਟੇਕ ਭਾਲਦੇ ਜੇ? ਜਿਸ ਗੁਲਾਮੀ 'ਚੋਂ ਤੁਹਾਨੂੰ ਨਾਨਕ ਸਾਹਿਬ ਨੇ ਕੱਢਿਆ ਨਾ,
ਉਸ ਗੁਲਾਮੀ 'ਚੋਂ ਤੁਸੀਂ ਵੀ ਨਿਕਲਣਾ ਹੈ। ਇਹ ਨਾ ਹੋਵੇ ਨਾਨਕ ਸਾਹਿਬ ਤੁਹਾਨੂੰ ਜਿਹੜੀ ਫਲਸਫੀ ਪਹੁੰਚ ਦੇ ਗਏ ਨੇ, ਫਿਲੋਸਫੀਕਲ ਅਪਰੋਚ ਦੇ ਗਏ ਨੇ, ਤਾਂ ਬਸ ਉਹ ਪ੍ਰੇਰਨਾ ਸਰੋਤ ਵਾਸਤੇ ਹੈ, ਗੱਲਾਂ ਬਾਤਾਂ ਕਰਨ ਵਾਸਤੇ ਆ, ਯੂਟਿਊਬ 'ਤੇ ਫੇਸਬੁੱਕ ਦੇ ਉੱਤੇ ਗੱਲਾਂ ਬਾਤਾਂ ਕਰਨ ਵਾਸਤੇ ਨਹੀਂ। ਜਿਹੜੀ ਫਲਸਫਈ ਅਪਰੋਚ ਨਾਨਕ ਸਾਹਿਬ ਨੇ ਤੁਹਾਨੂੰ ਦਿੱਤੀ ਹੈ ਨਾ, ਉਹਦੇ 'ਤੇ ਐਕਸ਼ਨ ਤੁਸੀਂ ਕਰਨਾ। ਨਾਨਕ ਸਾਹਿਬ ਤਾਂ ਇੱਥੋਂ ਤੱਕ ਆਪਣੇ ਆਪ ਨੂੰ, ਸਾਰੇ ਗੁਰੂ ਆਪਣੇ ਆਪ ਨੂੰ ਔਰਤ ਕਹਿ ਗਏ ਨੇ। ਮੈਨੂੰ ਕਿਸੇ ਨੇ ਸਵਾਲ ਪੁੱਛਿਆ ਸੀ, ਮੈਂ ਇੱਥੇ ਵਿਸ਼ਾ ਹੁਣ ਸੰਖੇਪ ਦੇਣਾ, ਉਹ ਕਹਿੰਦੇ ਵੀ ਸਿੱਖ ਧਰਮ ਦੇ ਵਿੱਚ ਵੀ ਔਰਤ ਦੀ ਬਰਾਬਰਤਾ ਕਿਉਂ ਨਹੀਂ? ਮੈਂ ਕਿਹਾ ਕਿਉਂ? ਆਂਦੇ ਵੀ ਕੋਈ ਵੀ ਜਿਹੜੀ ਗੁਰੂ ਹੋਇਆ ਉਹ ਔਰਤ ਕਿਉਂ ਨਹੀਂ ਹੋਈ? ਮੈਂ ਕਿਹਾ ਤੁਸੀਂ ਔਰਤ ਅਤੇ ਮਰਦ ਜਿਹੜਾ ਵਾ ਫਿਜੀਕਲ ਜਾਂ ਬਾਇਓਲੋਜੀਕਲ ਸੈਕਸ ਨੂੰ ਮੰਨਦੇ ਜੇ? ਮੈਂ ਕਿਹਾ ਮੈਂ ਤੁਹਾਨੂੰ 20 ਬੰਦੇ ਦਿਖਾ ਦਿੰਦਾ ਔਰਤ ਦੇ ਰੂਪ 'ਚ, ਜਿਹਨੂੰ ਤੁਸੀਂ ਕਹਿੰਦੇ ਜੇ ਵੀ ਇਹਦੇ 'ਚ ਔਰਤਾਂ ਵਾਲੇ ਗੁਣ ਆ, ਔਰਤ ਆ। ਹੁਣ ਗੱਲ ਕਰੀਏ ਆਪਾਂ, ਮੈਂ ਕਿਹਾ ਜਿਹੜੀ ਤੁਸੀਂ ਗੱਦੀ ਪ੍ਰਥਾ ਦੀ ਗੱਲ ਕੀਤੀ ਵੀ ਉਹਦੇ 'ਚ ਔਰਤ ਕਿਉਂ ਨਹੀਂ? ਜਿਹੜੇ ਗੁਰੂ ਸਨ ਮੈਨੂੰ ਇਹ ਦੱਸੋ ਵੀ ਉਹਨਾਂ ਨੇ ਕਦੋਂ ਆਪਣੇ ਆਪ ਨੂੰ ਬੰਦਾ ਘੋਸ਼ਿਤ ਕੀਤਾ ਹੈ? ਮਸਲਾ ਤਾਂ ਘੋਸ਼ਣਾ ਦਾ ਹੈ, ਮਸਲਾ ਬਾਇਓਲੋਜੀਕਲ ਸੈਕਸ ਦਾ ਨਹੀਂ, ਮਸਲਾ ਘੋਸ਼ਣਾ ਦਾ ਹੈ। ਮੈਂ ਕਾਮਨ, ਘੋਸ਼ਣਾ ਕੀ ਹੈ? ਮੈਂ ਕਾਮਨ, ਮੇਰਾ ਕੰਤ ਕਰਤਾਰ। ਘੋਸ਼ਣਾ ਕੀ ਹੈ? ਇਸ ਜੱਗ ਮੈਂ ਪੁਰਖ ਏਕ ਹੋਰ ਸਗਲੀ ਨਾਰ ਸਬਾਈ। ਮਸਲਾ ਇਹ ਪੰਜ ਤੱਤਾਂ ਤੋਂ ਬਣੇ ਮਿੱਟੀ ਦੇ ਸਰੀਰ ਦਾ ਨਹੀਂ, ਘੋਸ਼ਣਾ ਕੀ ਹੋ ਰਹੀ ਹੈ? ਘੋਸ਼ਣਾ ਔਰਤ ਦੇ ਅੰਦਰੋਂ ਬੰਦੇ ਦੀ ਹੋ ਸਕਦੀ ਹੈ, ਔਰਤ ਦੇ ਅੰਦਰੋਂ ਬਾਇਓਲੋਜੀਕਲੀ ਔਰਤ ਹੋਏਗੀ, ਪਰ ਹੋ ਸਕਦਾ ਉਹਦੇ ਅੰਦਰ ਬੰਦੇ ਦੀ ਘੋਸ਼ਣਾ ਹੋ ਜਾਵੇ ਉਹਦੇ ਅੰਦਰੋਂ। ਦੇਖਦੇ ਆ ਨਾ ਸਾਡੇ ਸਾਹਮਣੇ ਕੇਸ। ਹਾਂਜੀ। ਸੋ ਨਾਨਕ ਦੇ ਘਰ ਵਿੱਚ ਇਹ ਵੱਡੀ ਗੱਲ ਹੀ ਔਰਤ ਨੂੰ ਗੱਦੀ ਦੇਣਾ ਕਿ ਇਹ ਵੱਡੀ ਗੱਲ ਹੀ ਪੁਰਖ ਆਪਣੇ ਆਪ ਨੂੰ ਔਰਤ ਕਹਿ ਦੇ? ਹਾਲਾਂਕਿ ਸਭ ਤੋਂ ਔਖਾ ਹੁੰਦਾ, ਇਹ ਗਾਲ ਹੈ ਕਿਸੇ ਨੂੰ ਕਹਿ ਦੇਣਾ ਵੀ ਇਹ ਜਨਾਨਾ ਜਿਹਾ। ਹਾਂਜੀ। ਪੰਜਾਬ ਦੇ ਜਿਹਨੂੰ ਤੁਸੀਂ ਪੰਜਾਬ ਦਾ ਕਲਚਰ ਕਹਿੰਦੇ ਜੇ, ਸੱਭਿਆਚਾਰ ਕਹਿੰਦੇ, ਉਹਦੇ 'ਚ ਗਾਲ ਆ ਜਾਂਦੀ ਹੈ ਵੀ ਇਹ ਜਨਾਨਾ ਜਿਹਾ। ਪਰ ਧੰਨ ਹੈ ਗੁਰੂ ਨਾਨਕ ਦੀ ਘੋਸ਼ਣਾ ਵੇਖੋ, ਤੇ ਡੈਕਲਰੇਸ਼ਨ ਵੇਖੋ, ਉਹ ਕਹਿੰਦੇ ਨੇ ਮੈਂ ਔਰਤ ਹਾਂ, ਮੇਰਾ ਜੋ ਕੰਤ ਹੈ ਉਹ ਕਰਤਾਰ ਹੈ, ਮੈਂ ਨਾਰਿਆਂ, ਮੇਰਾ ਕੰਤ ਕਰਤਾਰ ਹੈ, ਮੈਂ ਜੀਵ ਇਸਤਰੀ ਹਾਂ, ਮੈਂ ਜੀਵ ਇਸਤਰੀ ਨਾ ਬਣਾ ਤਾਂ ਮੈਂ ਮਿਲ ਹੀ ਨਹੀਂ ਸਕਦੀ ਉਹਨੂੰ। ਉਹਦੀ ਘੋਸ਼ਣਾ ਇਹ ਹੈ ਵੀ ਜਿੰਨਾ ਚਿਰ ਜੀਵ ਇਸਤਰੀ ਨਹੀਂ ਬਣਦੇ, ਜਿੰਨਾ ਚਿਰ ਬੰਦੇ ਅੰਦਰ ਔਰਤ ਦੇ ਗੁਣ ਨਹੀਂ ਆਉਂਦੇ, ਅਤੇ ਔਰਤ ਅੰਦਰ ਉਹ ਬੰਦੇ ਦੇ ਗੁਣ ਨਹੀਂ ਆਉਂਦੇ ਜਿਹੜੇ ਔਰਤ ਨੂੰ ਸੰਪੂਰਨ ਕਰਦੇ ਨੇ, ਇਕੱਲੀ ਅਟੈਚਮੈਂਟ, ਇਕੱਲੀ ਟੇਕ ਰੱਖਣਾ ਜ਼ਰੂਰੀ ਨਹੀਂ, ਔਰਤ ਦੇ ਅੰਦਰ ਉਹ ਗੁਣ ਜਿਹੜਾ ਇੱਕ ਬੰਦੇ ਅੰਦਰ ਨੈਚੁਰਲੀ ਹੈ ਉਹ ਨਹੀਂ ਆਉਂਦੇ, ਉਹਨਾਂ ਚਿਰ ਕੰਪਲੀਟ ਪਰਸਨੈਲਿਟੀ ਤਿਆਰ ਨਹੀਂ ਹੁੰਦੀ। ਇਹਦੇ ਪਿੱਛੇ ਬਹੁਤ ਵੱਡੀ ਮੈਨੂੰ ਲੱਗਦਾ ਇੱਡੀ ਸਾਈਕੀ ਕੰਮ ਕਰਦੀ, ਕਿਸੇ ਦਾ ਧਿਆਨ ਨਹੀਂ ਜਾਂਦਾ, ਜਿੰਨੀਆਂ ਜੰਗਾਂ ਅੱਜ ਤੱਕ ਇਤਿਹਾਸ ਵਿੱਚ ਹੋਈਆਂ ਨਾ ਦੁਨੀਆਂ ਦੇ, ਬੰਦਿਆਂ ਨੇ ਕੀਤੀਆਂ ਸਾਰਿਆਂ ਨੇ, ਕਿਉਂਕਿ ਬੰਦਾ ਹੈਗਾ ਮਤਲਬ ਹੰਕਾਰੀ। ਹੁਣ ਜਦ ਤੁਸੀਂ ਗੱਲ ਕੀਤੀ ਨਾ ਕਿਸੇ ਨੂੰ ਔਰਤ ਕਹਿ ਦੋ ਬੰਦੇ ਨੂੰ, ਉਹ ਹੈ ਦੂਜੇ ਪਾਸੇ ਲਓ, ਕੋਈ ਲੇਡੀ ਕੋਈ ਜਨਾਨੀ ਇਹੋ ਜਿਹਾ ਕੰਮ ਕਰੇ ਜਿਹੜਾ ਬੜਾ ਉਹਦੇ ਵਰਗਾ ਮਰਦਾਂ ਵਰਗਾ ਕਹਿੰਦੇ ਵਾਹ ਵਾਹ, ਜੇ ਝਾਂਸੀ ਰਾਣੀ ਹੋਈ ਹੈ ਨਾ, ਹੋਰ ਕਿਆ ਬਾਤ ਹੈ, ਖੂਬ ਲੜੀ ਮਰਦਾਨੀ, ਝਾਂਸੀ ਵਾਲੀ, ਆਹ ਦੇਖ ਵੀ ਸਾਡੇ ਵਰਗਾ ਕੰਮ ਇਹਨੇ ਕੀਤਾ ਕਿ ਅਸੀਂ ਮਰਦ ਹੈ। ਪਰ ਜੇ ਆਹ ਮਰਦਾਂ 'ਚ ਆ ਜਾਏ ਨਾ ਜਿਹੜੀ ਗੱਲ ਤੁਸੀਂ ਕੀਤੀ ਹੈ ਜੀਵ ਇਸਤਰੀ ਸਮਝੇ, ਪਹਿਲੀ ਗੱਲ ਮੰਨੋ ਜਾਂ ਨਾ ਮੰਨੋ ਜੰਗ ਖਾਨਾ ਜਿਹੜਾ ਦੁਨੀਆ 'ਚ ਬੰਦ ਹੋ ਸਕਦਾ ਹੈ। ਤੁਸੀਂ ਵੇਖੋ ਨਾ ਵੀ ਜੰਗ ਲੜਨ ਵਾਲਾ ਬੰਦਾ ਵਾ, ਹਾਂਜੀ, ਅਤੇ ਬੰਦਾ ਫਿਰ ਇੱਕ ਸ਼ੈਤਾਨੀ ਕਰਦਾ ਰਿਹਾ ਜੰਗ ਤੋਂ ਬਾਅਦ,
ਉਹਨੇ ਦੋਸ਼ੀ ਔਰਤ ਨੂੰ ਦਿੱਤਾ ਹੈ, ਬਿਲਕੁਲ ਦੋਸ਼ੀ ਕਰਾਰ ਫਿਰ ਔਰਤ ਨੂੰ ਦੇ ਦਿੱਤਾ ਵੀ ਜੰਗ ਉਹਦਾ ਕਰਕੇ ਹੋਈ, ਹੰਕਾਰ ਆਪਣਾ ਸੀ, ਔਰਤ ਫਿਰ ਦੋਸ਼ੀ ਹੋ ਗਈ। ਸੋ ਇਹਦੇ 'ਤੇ ਗੱਲ ਕਰਨ ਨੂੰ ਭਾਵੇਂ ਅਸੀਂ 2 ਘੰਟੇ ਲੱਗੇ ਰਹੀਏ, ਪਰ ਜਿਵੇਂ ਦੱਸਿਆ ਵੀ ਸਾਡਾ ਵਿਸ਼ਾ ਇਹ ਨਹੀਂ, ਅੱਜ ਕੇਵਲ ਕੋਰਟ ਦਾ ਫੈਸਲਾ, ਅਸੈਂਬਲੀ ਦਾ ਫੈਸਲਾ ਸੀ। ਸੋ ਪੂਰਾ ਪ੍ਰੋਗਰਾਮ ਵੂਮੈਨ ਐਮਪਾਵਰਮੈਂਟ ਦੇ ਸੰਬੰਧ ਵਿੱਚ ਜੇ ਕਿਸੇ ਨੇ ਸੁਣਨਾ ਹੈ ਤਾਂ ਸਰਚ ਦੇ ਵਿੱਚ ਜਾ ਕੇ ਵੂਮੈਨ ਐਮਪਾਵਰਮੈਂਟ ਅੱਗੇ ਹਾਈਫਨ ਪਾ ਕੇ ਅਤੇ ਮੇਰਾ ਨਾਂ ਭਰ ਲਿਓ, ਉਹਦੇ ਵਿੱਚ ਤਕਰੀਬਨ 1.5 ਘੰਟੇ ਦਾ ਪ੍ਰੋਗਰਾਮ ਮੇਰਾ ਖਲ ਹੋਣਾ। ਅਤੇ ਇਹ ਸੀ ਸਾਡਾ ਜਿਹੜਾ ਔਰਤ ਦੇ ਸੰਬੰਧ ਵਿੱਚ ਜੋ ਫੈਸਲਾ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।